ਵੀਰ ਜਾਂ ਭੈਣਾਂ ਜ਼ਿਆਦਾ ਧੂੜ ਮਿੱਟੀ 'ਚ ਰਹਿੰਦੇ ਨੇ, ਚਿਹਰੇ 'ਤੇ ਡਸਟ ਪੈ ਜਾਂਦੀ ਹੈ, ਤੁਸੀਂ ਕਰਨਾ ਕੀ ਹੈ, ਇੱਕ ਕੌਲੀ 'ਚ ਥੋੜ੍ਹਾ ਜਿਹਾ ਪਾਣੀ ਲੈ ਲਿਓ, ਦੋ ਤਿੰਨ ਚਮਚੇ ਬੇਸਣ ਦੇ ਪਾ ਲਿਓ, ਚੰਗੀ ਤਰ੍ਹਾਂ ਜਿਵੇਂ ਕੌਲਗੇਟ ਹੁੰਦਾ ਉਹਨਾਂ ਦਾ ਲੇਪ ਬਣ ਜੂਗਾ, ਉਹਨੂੰ ਸੌਣ ਤੋਂ ਪਹਿਲਾਂ 15 ਤੋਂ 20 ਮਿੰਟ ਚਿਹਰੇ 'ਤੇ ਲਗਾ ਕੇ ਰੱਖ ਲਿਓ। ਉਦੋਂ ਬਾਅਦ ਬਿਨਾਂ ਪਾਣੀ ਲਾਏ ਉਹਨੂੰ ਹੱਥਾਂ ਨਾਲ ਹੀ ਮਸਲ ਮਸਲ ਲਾ ਦਿਓ, ਨਾਲੇ ਚਿਹਰੇ ਨੂੰ ਠੰਡਕ ਮਿਲੂਗੀ, ਨਾਲੇ ਚਿਹਰਾ ਮੁਲਾਇਮ ਹੋ ਜੂਗਾ, ਨਾਲੇ ਦਾਗ ਧੱਬੇ ਸਭ ਖਤਮ ਹੋ ਜਾਣਗੇ। ਧੰਨਵਾਦ।